ਗਿੱਦੜਵਾਹਾ ਨੇੜੇ ਪਿੰਡ ਦੋਦਾ ਦੇ ਆਂਗਨਵਾੜੀ ਸੈਂਟਰ ਵਿੱਚ ਬੱਚਿਆਂ ਨੂੰ ਮਾੜਾ ਖਾਣਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੇ ਵਾਰਸਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਸਿਹਤਾਂ ਨਾਲ ਖਿਲਵਾੜ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕੇ ਗਿੱਦੜਵਾਹਾ ਦੇ ਪਿੰਡ ਦੋਦਾ ਦੇ ਆਂਗਨਵਾੜੀ ਸੈਂਟਰ ਵਿੱਚ ਕਥਿਤ ਤੌਰ 'ਤੇ ਬੱਚਿਆਂ ਨੂੰ ਮਾੜਾ ਖਾਣਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀ ਮੰਗਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਦਿੱਤੀ ਗਈ ਖੀਰ ਵਿੱਚ ਸੁੰਡ ਸਨ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾੜਾ ਖਾਣਾ ਦਿੱਤਾ ਜਾ ਰਿਹਾ ਹੈ। ਉੱਧਰ ਦੂਜੇ ਪਾਸੇ ਆਂਗਨਵਾੜੀ ਕੇਂਦਰ ਦੀ ਵਰਕਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਸਮੱਸਿਆ ਜੀ ਹੈ, ਮੇਰੇ ਦੋਸਤ ਦਾ ਬੇਟਾ ਇੱਥੇ ਆਂਗਨਵਾੜੀ 'ਚ ਆਉਂਦਾ ਪੜ੍ਹਦਾ, ਉਹ ਖਾਣਾ ਲੈ ਗਿਆ ਜੀ। ਉਹ ਜਦੋਂ ਅਸੀਂ ਧਿਆਨ ਨਾਲ ਵੇਖਿਆ ਘਰੇ, ਉਹਦੇ 'ਚ ਸੁੰਡ ਸੁਸਤੀ ਚੂਹੇ ਨਾਲ ਮਿੰਗਣਾ ਹੋਰ ਬਹੁਤ ਕੁਛ ਸੀ, ਮਤਲਬ ਕਿ ਨਾ ਖਾਣ ਜੋਗੀ ਸੀ। ਕੀ ਲੱਗਦਾ ਵੀ ਇਸ ਤਰ੍ਹਾਂ ਦਾ, ਇੱਕ ਪਾਸੇ ਤਾਂ ਸਿਹਤ ਵਿਭਾਗ ਦਾ ਵੀ ਤੰਦਰੁਸਤ ਬੱਚੇ ਰਹਿਣਗੇ, ਕੀ ਲੱਗਦਾ ਹੋਣਗੇ ਇਸ ਤਰ੍ਹਾਂ? ਨਹੀਂ ਜੀ, ਇਹ ਖਾਣਾ ਲਿਆ ਪਸ਼ੂ ਵੀ ਖਾ ਲੈਣਾ, ਉਹ ਵੀ ਬਿਮਾਰ ਹੋ ਜਾਂਦੇ, ਬੱਚੇ ਦਾ ਬਹੁਤ ਹੁੰਦੀ ਹੈ। ਅਤੇ ਕੀ ਮੰਗ ਕਰਦੇ ਜੀ? ਮੰਗ ਇਹੀ ਹੈ ਜੀ, ਇਹਨਾਂ 'ਤੇ ਕਾਰਵਾਈ ਕੀਤੀ ਹੈ ਕਾਨੂੰਨੀ। ਸਮੱਸਿਆ ਜੀ ਸਾਨੂੰ ਇਹ ਤਾਂ ਬੜਾ ਤਰਾਜ ਆ, ਬੜਾ ਦੁੱਖ ਵਾਲੀ ਗੱਲ ਆ, ਜਿਹੜੀ ਆਂਗਨਵਾੜੀ ਸਾਡੇ। ਹਾਂਜੀ, ਮੇਰਾ ਬੇਟਾ ਤਕਰੀਬਨ 1.5-2 ਸਾਲਾਂ ਦਾ, ਹਾਂਜੀ, ਉਹ ਇੱਥੋਂ ਖਾਣਾ ਲੈ ਕੇ ਜਾਂਦਾ। ਅੱਜ ਮੈਂ ਧਿਆਨ ਨਾਲ ਦੇਖਿਆ, ਖਾਣਾ ਗਿਆ, ਉਹਦੇ ਵਿੱਚ ਸੁੰਡ ਸੁਸਰੀ ਚੂਹੇ ਨੇ ਮੀਂਗਣਾ ਅਤੇ ਬਹੁਤ ਕੁਝ, ਜਿਹੜਾ ਵੀ ਨਾ ਖਾਣ ਯੋਗ ਸੀ, ਉਹ ਜੇ ਪਸ਼ੂ ਵੀ ਖਾ ਲਏ ਉਹ ਵੀ ਬਿਮਾਰ ਹੋ ਜਾਏ। ਅਤੇ ਕੀ ਅਸੀਂ ਚਾਹੁੰਦੇ ਵੀ ਇਹ ਗੱਲ ਦਾ ਵੀ ਹੱਲ ਹੋਣਾ ਚਾਹੀਦਾ ਹੈਗਾ ਵੀ ਇਹ ਖਾ ਕੇ ਸਾਡੇ ਬੱਚੇ ਬਿਮਾਰ ਹੋਣਗੇ ਕਿ ਤੰਦਰੁਸਤ ਹੋਣਗੇ? ਇੱਕ ਪਾਸੇ ਤਾਂ ਇਹਦੇ ਬੱਚੇ ਤੰਦਰੁਸਤ ਰਹਿਣ, ਖੁਰਾਕ ਦੇਈਏ, ਇਹ ਖੁਰਾਕ ਖਾ ਕੇ ਤਾਂ ਬੱਚੇ ਬਿਮਾਰ ਹੋਣਗੇ। ਗਿੱਦੜਵਾਹਾ ਤੋਂ ਸੋਨੇ ਡੱਲਾ ਦੀ ਰਿਪੋਰਟ।